बिस्मिल्लाहिर्रहमानिर्रहीम। अस्सलामुअलैकुम दोस्तों भैनों भ्राओ, की हाल है? ठीक हो ना? ਤੁਹਾਡਾ ਭਾਈ ਤੁਹਾਡੇ ਵਾਸਤੇ ਇੱਕ ਨਵੀਂ ਤੇ ਮੁਨਫਰਦ ਰੈਸਪੀ ਦੇ ਨਾਲ ਹਾਜ਼ਰ ਹੋਇਆ ਹੈ, ਜਿਹਦੇ ਕਈ ਨਾਮ ਨੇ। ਇਹ ਵੇਖੋ ਜੀ, ਇਹਦਾ ਨਾਮ ਲੋਬੀਆ ਵੀ ਜੇ, ਇਹਨੂੰ ਹਰਵਾਂ ਵੀ ਕਹਿੰਦੇ ਜੇ, ਇਹਨੂੰ ਬਹੁਤ ਕੁਛ ਕਹਿੰਦੇ ਨੇ। ਇਹਦੇ ਵਿੱਚ ਦੋ ਕਿਸਮ ਦੇ ਆਉਂਦੇ ਨੇ, ਇੱਕ ਲਾਲ ਲੋਬੀਆ ਤੇ ਇੱਕ ਵਾਈਟ ਲੋਬੀਆ, ਸਫੇਦ ਲੋਬੀਆ। ਅਸੀਂ ਤੁਹਾਡੇ ਵਾਸਤੇ ਸਫੇਦ ਲੋਬੀਏ ਦੀ ਰੈਸਪੀ ਲੈ ਕੇ ਤੇ ਜਨਾਬ ਹਾਜ਼ਰ ਹੋਏ ਨੇ। ਭਾਈਜਾਨ, ਸਭ ਤੋਂ ਪਹਿਲਾਂ ਤੁਸੀਂ ਇੱਕ ਪਾ ਲੋਬੀਏ ਦੀ ਅਸੀਂ ਤੁਹਾਨੂੰ ਰੈਸਪੀ ਦੱਸਣ ਲੱਗੇ ਜੇ। ਇੱਕ ਪਾ ਲੋਬੀਆ ਲੈਣਾ ਹੈ, ਇਹਨੂੰ 2 ਤੋਂ 3 ਘੰਟੇ ਜਿਹੜੇ ਨੇ ਨਾ ਉਹ ਚੰਗੀ ਤਰ੍ਹਾਂ ਜਿਹੜਾ ਇਹਨੂੰ ਭਿਉਂ ਲੈਣਾ। ਉਸ ਤੋਂ ਬਾਅਦ ਜਨਾਬ 1 ਅਦਦ ਪਿਆਜ਼ ਲੈਣਾ ਜੇ, ਉਹਨੂੰ ਐਂ ਵੇਖੋ ਕਿੱਡਾ ਸੋਹਣਾ ਜਿਹੜਾ ਹੈ ਉਹ ਚੋਪ ਕਰ ਲਿਆ। 2 ਟਮਾਟਰ ਜੇ ਅਤੇ 4 ਤੋਂ 5 ਹਰੀਆਂ ਮਿਰਚਾਂ ਜੇ, ਉਹਨਾਂ ਨੂੰ ਵੀ ਇਸ ਤਰ੍ਹਾਂ ਚੋਪ ਕਰ ਲੈਣਾ। 1 ਇੰਚ ਦਾ ਅਦਰਕ ਦਾ ਟੁਕੜਾ ਅਤੇ 4 ਤੋਂ 5 ਲਸਣ ਦੇ ਜਵੇ ਜੇ, ਉਹਨਾਂ ਨੂੰ ਵੀ ਇਸ ਤਰ੍ਹਾਂ ਸੋਹਣੀ ਤਰ੍ਹਾਂ ਜਿਹੜਾ ਹੈ ਨਾ ਚੋਪ ਕਰ ਲੈਣਾ। ਲਓ ਜੀ, 1 ਚਮਚੀ ਨਮਕ ਦੀ ਜੇ, 1 ਚਮਚੀ ਸੁੱਕੇ ਧਨੀਏ ਦੀ ਜੇ, 1/2 ਚਮਚੀ ਕੁੱਟੀਆਂ ਹੋਈਆਂ ਲਾਲ ਮਿਰਚਾਂ ਜੇ, 1/2 ਚਮਚੀ ਹਲਦੀ ਦੀ ਜੇ, 1/2 ਚਮਚੀ ਜਿਹੜੀ ਜੇ ਉਹ ਲਾਲ ਮਿਰਚਾਂ ਦੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਪੜ੍ਹ ਕੇ ਤੇ ਜਨਾਬ ਪ੍ਰੈਸ਼ਰ ਰੱਖਿਆ ਜਾ ਚੁੱਕਿਆ ਹੈ। ਇਹਦੇ ਵਿੱਚ ਜਿਹੜਾ ਹੈ ਉਹ ਆਇਲ ਸ਼ਾਮਿਲ ਕਰਨ ਲੱਗੇ ਹਾਂ। ਦੇਖੋ 1/2 ਕੱਪ ਜਨਾਬ ਆਇਲ ਪੈ ਗਿਆ। ਸਭ ਤੋਂ ਪਹਿਲੇ ਜਨਾਬ ਆਇਲ ਪਾਉਣਾ ਹੈ। ਆਇਲ ਨੂੰ ਗਰਮ ਹੋਣ ਤੋਂ 2 ਮਿੰਟ ਬਾਅਦ ਜਿਹੜਾ ਉਹ ਪਿਆਜ਼ ਪਾ ਲੈਣਾ ਹੈ। ਵੇਖੋ ਅਸੀਂ ਪਿਆਜ਼ ਪਾ ਲਿਆ, ਇਹਨੂੰ ਹਿਲਾ ਲੈਣਾ। ਇਹਨੂੰ ਹਿਲਾਉਣ ਤੋਂ ਬਾਅਦ ਜਿਹੜਾ ਇਹ ਪਿਆਜ਼ ਨੂੰ ਗੋਲਡਨ ਬਰਾਊਨ ਕਰ ਲੈਣਾ। ਦੇਖੋ ਪਿਆਜ਼ ਜਿਹੜਾ ਹੈ ਉਹ ਸਾਡਾ ਮਾਸ਼ਾਅੱਲਾ ਕਿੱਡਾ ਸੋਹਣਾ ਬਰਾਊਨੀਆ ਰੰਗ ਹੋ ਗਿਆ। ਪਿਆਜ਼ਾਂ ਤੋਂ ਬਾਅਦ ਜਿਹੜਾ ਹੈ ਉਹ ਨਾਲ ਹੀ ਅਦਰਕ ਅਤੇ ਲਸਣ ਦਾ ਜਿਹੜਾ ਪੇਸਟ ਬਣਾਇਆ ਸੀ ਉਹਨੂੰ ਜਨਾਬ ਪਾ ਲੈਣਾ। ਉਹਨੂੰ ਵੀ ਹਲਕਾ ਜਿਹਾ ਜਿਹੜਾ ਉਹ ਬਰਾਊਨ ਕਰ ਲੈਣਾ। ਵੇਖੋ ਤੁਸੀਂ ਕੈਸਾ ਤੜਫ ਰਿਹਾ। ਪਿਆਜ਼ ਵੀ ਬਰਾਊਨ, ਅਦਰਕ ਲਸਣ ਵੀ ਬਰਾਊਨ। ਉਸ ਤੋਂ ਬਾਅਦ ਆ ਜਾਂਦੀ ਵਾਰੀ ਟਮਾਟਰਾਂ ਦੀ। ਇਹ ਤੁਸੀਂ ਕੋਈ ਵੀ ਹਾਂਡੀ ਪਕਾਉਣੀ ਹੈ ਨਾ, ਉਹਦੇ ਵਿੱਚ ਜਿਹੜਾ ਨਾ ਇਹੋ ਹੀ ਤਰੀਕੇਕਾਰ ਨੇ। ਐਡੇ ਸੌਖੇ ਜਿਹੜੇ ਤੁਹਾਨੂੰ ਤੁਹਾਡੇ ਭਰਾ ਨੇ ਤਰੀਕੇ ਦੱਸਦੇ ਨੇ, ਕਿਸੇ ਨੇ ਨਹੀਂ ਜੇ ਦੱਸਦੇ। ਵੀ ਵਿੱਚ ਜਿਹੜੇ ਨੇ ਉਹ ਤੜਫ ਰਹੇ ਨੇ ਅਤੇ ਟਮਾਟਰਾਂ ਨੂੰ ਥੋੜ੍ਹਾ ਜਿਹਾ ਤੜਫਾਉਣ ਤੋਂ ਬਾਅਦ ਜਨਾਬ ਨਮਕ ਮਿਰਚਾਂ ਜੋ ਵੀ ਮਸਾਲੇ ਸਾਰੇ ਵਿੱਚ ਪਾ ਦਿੱਤੇ ਗਏ ਨੇ। ਮਸਾਲੇ ਵੇਖੋ ਮਿਕਸ ਕਰ ਦਿੱਤੇ ਨੇ, ਮਸਾਲੇ ਭੁੰਨਣੇ ਆ। ਇਹਦੇ ਵਿੱਚ ਪਾਣੀ ਦਾ ਜਿਹੜਾ ਹਲਕਾ ਜਾਂ ਛੱਟਾ ਜਿਹੜਾ ਉਹ ਲਾਜ਼ਮੀ। ਇਹ ਵੇਖੋ ਇੰਨਾ ਕੁ ਬਸ, ਪਾਣੀ ਦਾ ਹਲਕਾ ਜਾਂ ਛੱਟਾ ਲਾਉਣ ਦਾ ਫਾਇਦਾ ਹੁੰਦਾ ਮਸਾਲਾ ਜਿਹੜਾ ਨਾ ਥੱਲੇ ਲੱਗਦਾ ਨਹੀਂ ਜੇ। ਵੇਖੋ ਮਸਾਲਾ ਸਾਡਾ ਕਿੱਡਾ ਸੋਹਣਾ ਭੁੱਜ ਗਿਆ ਹੈ, ਉੱਤੇ ਤੇਲ ਆ ਗਿਆ। ਜਦੋਂ ਚੀਜ਼ ਭੁੱਜ ਜਾਂਦੀ ਹੈ ਜਾਂ ਪੱਕ ਜਾਂਦੀ ਹੈ, ਤੁਹਾਨੂੰ ਕਿਹਾ ਸਭ ਤੋਂ ਵੱਡੀ ਨਿਸ਼ਾਨੀ ਹੈ ਇਹੋ, ਕਿਸੇ ਨੂੰ ਨਹੀਂ ਪੁੱਛਣ ਦੀ ਲੋੜ ਕਿ ਪੱਕ ਗਿਆ ਕਿ ਨਹੀਂ ਪੱਕਾ। ਘਿਓ ਉੱਤੇ ਆ ਗਏ, ਸਮਝ ਲਓ ਪੱਕ ਗਿਆ। ਭੁੱਜ ਜਾਵੇ ਅਤੇ ਉਸ ਤੋਂ ਬਾਅਦ ਆ ਜਿਹੜਾ ਲੋਬੀਆ ਹੈ ਇਹਨੂੰ ਵਿੱਚ ਪਾ ਲੈਣਾ। ਇਹਨੂੰ ਪਾ ਕੇ ਇਹਨੂੰ ਵੀ ਹਿਲਾ ਕੇ ਜਿਹੜਾ ਹੈ ਨਾ ਇਹਨੂੰ ਵੀ 5 ਮਿੰਟ ਜਿਹੜਾ ਹੈ ਨਾ ਇਹਨੂੰ ਵੀ ਭੁੰਨ ਲੈਣਾ ਚੰਗੀ ਤਰ੍ਹਾਂ ਸੋਹਣੇ ਤਰੀਕੇ ਦੇ ਨਾਲ। ਵੇਖੋ ਕਿੱਡੇ ਸੋਹਣੇ ਲੱਗਦੇ ਜੇ, ਕੱਚਾ ਜੇ ਅਜੇ ਦਿਲ ਕਰਨ ਦੇ ਆ ਜਿਹੜਾ ਖਾਣ ਨੂੰ। ਲੋਬੀਆ ਸਾਡਾ ਭੁੰਨਣ ਤੋਂ ਬਾਅਦ ਜਿਹੜਾ ਹੈ 1/2 ਲੀਟਰ ਪਾਣੀ ਇਹਦੇ ਵਿੱਚ ਜਨਾਬ ਸ਼ਾਮਿਲ ਕਰ ਲੈਣਾ ਤੁਸੀਂ। ਸ਼ਾਮਿਲ ਕਰਨ ਤੋਂ ਬਾਅਦ ਇਹ ਵੇਖ ਲਓ ਕੋਈ ਆਵਾਜ਼ ਨਹੀਂ, ਕੋਈ ਤੜਫਾ ਨਹੀਂ, ਕੋਈ ਗੱਲ ਨਹੀਂ ਅਤੇ ਕੋਈ ਬਾਤ ਨਹੀਂ। ਇਹਨੂੰ ਹਿਲਾ ਦੇਣਾ, ਇਹਦੇ ਉੱਤੇ ਫਿਰ ਢੱਕਣ ਦੇ ਦੇਣਾ। ਦਿੱਤਾ ਗਿਆ ਹੈ ਅਤੇ 15 ਮਿੰਟ ਘੜੀ ਦਾ ਟਾਈਮ ਵੇਖਣਾ ਹੈ। ਜਦੋਂ ਵੇਟ ਚੱਲ ਜਾਣੀ ਹੈ ਅਤੇ ਤੁਹਾਡਾ ਲੋਬੀਆ ਤਿਆਰ। ਅਲਹਮਦੁਲਿਲਾ ਅਲਹਮਦੁਲਿਲਾ। ਵੇਖੋ ਜੀ ਮਾਸ਼ਾਅੱਲਾ ਸਾਡਾ ਕਿੱਡਾ ਸੋਹਣਾ ਜਿਹੜਾ ਲੋਬੀਆ ਜਿਹੜਾ ਉਹ ਪੱਕ ਕੇ ਅਤੇ ਤਿਆਰ ਹੋ ਗਿਆ 10-15 ਮਿੰਟਾਂ ਦੇ ਵਿੱਚ ਵਿੱਚ। ਵੇਖੋ ਤੁਹਾਡਾ ਭਾਈ ਐਡੀ ਆਸਾਨ ਅਤੇ ਐਡੀ ਮਜ਼ੇਦਾਰ ਰੈਸਪੀ ਲੈ ਕੇ ਅਤੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ ਜਨਾਬ। ਅਤੇ ਤੁਹਾਡਾ ਕੰਮ ਹੈ ਆਪਣੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਜਦੋਂ ਸਬਸਕ੍ਰਾਈਬ ਕਰੋਗੇ ਸਾਡਾ ਹੌਸਲਾ ਵਧੇਗਾ, ਤੁਹਾਡੇ ਵਾਸਤੇ ਨਵੇਂ ਤੋਂ ਨਵੀਆਂ, ਆਸਾਨ ਤੋਂ ਆਸਾਨ ਅਤੇ ਵਧੀਆ ਤੋਂ ਵਧੀਆ ਰੈਸਪੀਆਂ ਤੁਹਾਡਾ ਭਾਈ ਲੈ ਕੇ ਹਾਜ਼ਰ ਹੋਏਗਾ ਕਿ ਬੱਚੇ ਵੀ ਜਿਹੜੇ ਨੇ ਉਹ ਇਨਸ਼ਾਅੱਲਾ ਤਾਲਾ ਵੀਡੀਓ ਵੇਖ ਕੇ ਅਤੇ ਹਾਂਡੀ ਪਕਾ ਸਕਣਗੇ। ਇਹਦੇ ਨਾਲ ਹੀ ਇਜਾਜ਼ਤ, ਅੱਲਾ ਹਾਫਿਜ਼।